ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਹਿਜਾਦਾ ਦੇ ਰਹਿਣ ਵਾਲੇ ਬਿੰਦਰ ਸਿੰਘ ਦੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਨਵੇਂ ਵਿਆਹੇ ਲੜਕੇ ਬੂਟਾ ਸਿੰਘ ਦੀ ਮੌਤ ਦੀ ਖਬਰ ਘਰ ਪਹੁੰਚੀ। ਨਿਊਜ਼ ਟਾਈਮ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਬੂਟਾ ਸਿੰਘ ਦੀ ਮਾਂ ਨੇ ਦੱਸਿਆ, ਬੀਤੀ ਸਵੇਰ ਮੇਰੇ ਲੜਕੇ ਬੂਟਾ ਸਿੰਘ ਨੂੰ ਉਸਦਾ ਦੋਸਤ ਤਰਸੇਮ ਸਿੰਘ ਘਰੋਂ ਬੁਲਾ ਕੇ ਲੈ ਗਿਆ ਅਤੇ ਉਸ ਤੋਂ ਮਗਰੋਂ ਉਸ ਦੇ ਮੌਤ ਦੀ ਹੀ ਖਬਰ ਘਰ ਪਹੁੰਚੀ। ਨਸ਼ੇ ਦੀ ਓਵਰਡੋਜ਼ ਕਾਰਨ ਬੂਟੇ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡਾ ਲੜਕਾ ਬੂਟਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੈ। ਦੂਜੇ ਪਾਸੇ ਨਵਵਿਆਹੁਤਾ ਦੇ ਚਾਚੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਧੀ ਦੀ ਹਾਲੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੁੱਕੀ ਸੀ ਕਿ ਨਸ਼ੇ ਨੇ ਉਹਨਾਂ ਦੀ ਧੀ ਦਾ ਘਰ ਉਜਾੜ ਦਿੱਤਾ। ਉਹਨਾਂ ਸੂਬਾ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਵਾਂਗਾ। ਉਹਨਾਂ ਕਿਹਾ ਕਿ ਸਾਡੀ ਧੀ ਦਾ ਘਰ ਉਜਾੜਨ ਵਾਲਾ ਨਸ਼ਾ ਹੀ ਨਹੀਂ ਬਲਕਿ ਕੈਪਟਨ ਸਰਕਾਰ ਵੀ ਹੈ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸੁਖਚੈਨ ਸਿੰਘ, ਨਿਊਜ਼ ਟਾਈਮ ਪੰਜਾਬ, ਫਿਰੋਜ਼ਪੁਰ। 1000 ਰੁਪਇਆ ਚੋਰੀ ਕਰ ਲਿਆ, ਮੁੜ ਕੇ ਉੱਥੋਂ ਲਿਆ ਕੇ ਕਹਿੰਦਾ ਮੁੰਡਾ ਮੇਰਾ ਕਹਿੰਦਾ ਛਾਪ ਦੇ ਦੇ ਮੇਰੇ ਸਹੁਰੇ ਦੀ ਛਾਪ, ਮੈਨੂੰ ਲੜਨ ਗੁੱਸੇ ਹੋਣਗੇ। ਮੁੜ ਕੇ ਕਹਿੰਦਾ ਆ ਜਾ ਤੈਨੂੰ ਘਰੇ ਲੈ ਕੇ ਚੱਲਾ ਉੱਥੇ ਛਾਪ ਦੇਊਂਗਾ। ਉੱਥੇ ਜਾ ਕੇ ਪਤਾ ਨਹੀਂ ਕੀ ਨਸ਼ਾ ਨੂੰ ਪਵਾਇਆ ਕੀ ਬੇਹੋਸ਼ੀ ਦੇ ਵਿੱਚ ਅਸੀਂ ਤਾਂ ਉੱਥੋਂ ਚੱਕ ਲਿਆ। ਫਿਰ ਅਸੀਂ ਜੀ ਗਏ ਜੇ ਹਸਪਤਾਲ ਅਤੇ ਉਹਨਾਂ ਨੂੰ ਖਤਮ ਹੋ ਗਿਆ। ਕਿਸ ਤਰ੍ਹਾਂ ਦਾ ਨਸ਼ਾ ਕਰਦਾ ਹੈ, ਮਤਲਬ ਕਿਸ ਤਰ੍ਹਾਂ ਚਿੱਟਾ ਹੈ, ਕੀ ਖਾਂਦੇ ਹੁੰਦੇ ਸੀ, ਮਤਲਬ ਟੀਕੇ ਟੂਕੇ ਲਾਉਂਦੇ, ਚਿੱਟਾ ਪੀਤਾ ਸੀ, ਕੀ ਕੀਤਾ ਸੀ, ਕੀ ਨਹੀਂ, ਕੀ ਪਿਆਇਆ ਉਹਨਾਂ ਨੇ, ਕੀ ਨਹੀਂ ਪਿਆ। ਪਹਿਲਾਂ ਤਾਂ ਚਿੱਟਾ ਚੁੱਟਾ ਕੁਛ ਨਹੀਂ ਸੀ ਪੀਂਦਾ, ਕੋਈ ਵੀ ਚੀਜ਼ ਨਹੀਂ ਸੀ ਖਾਂਦਾ ਹੁੰਦਾ। ਇਹ ਉਹਨੇ ਪਤਾ ਨਹੀਂ ਕੀ ਉਹਨੂੰ ਪਿਆਇਆ, ਕੀ ਖਵਾਇਆ, ਕੀ ਨਹੀਂ, ਸਾਨੂੰ ਤਾਂ ਪਤਾ ਨਹੀਂ। ਅਸੀਂ ਤਾਂ ਜਾ ਕੇ ਉੱਥੇ ਬੇਹੋਸ਼ੀ 'ਚ ਜਾ ਕੇ ਚੱਕ ਲਿਆ। ਕਿੰਨੇ ਜਣੇ ਲੈ ਕੇ ਗਏ ਘਰੋਂ? ਹਾਂਜੀ, ਘਰੋਂ ਅਸੀਂ ਸੀਗਾ 4 ਜਣੇ। ਨਹੀਂ ਨਹੀਂ, ਤੁਹਾਡੇ ਮੁੰਡੇ ਨੂੰ ਕਿੰਨੇ ਜਣੇ? ਕਿੰਨੇ ਜਣੇ ਰਹਿ ਗਏ? ਕਿੰਨੇ ਰਹਿ ਗਏ? ਇੱਕ ਜਣਾ ਸੀ। ਕੀ ਨਾਮ? ਕੀ ਨਾਮ? ਉਹਦਾ ਨਾਮ ਸੇਮ ਆ ਸੀ। ਤੇ ਨਸ਼ਾ ਇੱਥੇ ਕਿੰਨਾ ਕੁ ਵਿਖ ਰਿਹਾ? ਨਸ਼ਾ ਬਹੁਤ ਵਿਖਦਾ ਜੀ, ਨਸ਼ੇ ਨੇ ਤਾਂ ਬਰਬਾਦੀ ਕਰ ਦਿੱਤੀ। ਉਸ ਪ੍ਰਸ਼ਾਸਨ ਕੋਈ ਰੋਕ ਦੇ? ਬਹੁਤ ਨਸ਼ਾ ਵਿਖਦਾ, 4 ਮੁੰਡੇ ਨਸ਼ੇ ਨੇ ਮਾਰ ਦਿੱਤੇ, 4 ਮੁੰਡੇ ਮਰ ਗਏ ਨਸ਼ੇ ਦੇ ਵਿੱਚ। ਤੁਹਾਡੇ ਮੁੰਡੇ ਦਾ ਕਦੋਂ ਵਿਆਹ ਸੀਗਾ? ਹਜੇ ਤਾਂ ਜੀ 4 ਕਹਿ ਨਹੀਂ ਬੋਲੇ। 19 ਤਰੀਕ ਦਾ। ਹਾਂਜੀ, ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ? ਹਾਂਜੀ, ਕੀ ਮੰਗ ਕਰਦੇ ਸਰਕਾਰ ਤੋਂ? ਵੀ ਨਸ਼ੇ ਤਾਂ ਕਹਿੰਦੇ ਨਸ਼ੇ ਬੰਦ ਹੋਣੇ ਚਾਹੀਦੇ, ਬਰਬਾਦਗਾਰ ਘਰਾਂ ਦੀਆਂ ਹੋਣੀਆਂ ਚਾਹੀਦੀਆਂ। ਮਾਵਾਂ ਦੇ ਪੁੱਤ ਮੁੱਕੀ ਜਾਂਦੇ ਨਸ਼ਿਆਂ ਦੇ ਵਿੱਚ, ਇਹਨਾਂ ਨੇ ਮਸ਼ਾ ਮੁਰ ਕੀਤੇ ਨਸ਼ੇ, ਹੋਰ ਮਾਂ ਕੋਈ ਘਰ ਬਰਬਾਦ ਹੋ ਜਾਏ। ਗੁਰਪ੍ਰੀਤ ਸਿੰਘ ਆਈ ਖੋਲਗੜੀ ਤੋਂ। ਹਾਂਜੀ, ਤੇ ਲੜਕੀ ਦੇ ਚਾਚਾ? ਹਾਂ, ਲੜਕੀ ਦੇ ਚਾਚਾ ਲੱਗਦਾ ਮੈਂ ਜੀ। ਹਾਂਜੀ, ਇਹਦੇ ਵਿੱਚ ਦੱਸੋ ਵੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਵਾਉਣ ਦਾ। ਸਾਡੀ ਲੜਕੀ 19 ਤਰੀਕ ਦਿਨ ਬੁੱਧਵਾਰ ਨੂੰ ਬੂਟਾ ਸਿੰਘ ਨਾਲ ਕੋਟ ਵਾਲੇ ਦਿਨ ਵਿਆਹੀ ਗਈ। ਦੱਸੋ ਇਹ ਸਾਡਾ ਕੀ ਕਸੂਰ ਇਸ ਘਰ, ਇਹ ਬਰਬਾਦੀ ਜਿਹੜੀ ਸਾਡੇ ਘਰ ਦੀ ਹੋਈ ਆ, ਸਾਡਾ ਕੀ ਕਸੂਰ ਆ? ਕੈਪਟਨ ਸਾਹਿਬ ਜ਼ਿੰਮੇਵਾਰ ਆ ਇਸ ਗੱਲ ਦੇ, ਸਾਨੂੰ ਦੱਸਣ। ਪੁਲਿਸ ਸਾਹਿਬ ਨਾਲ ਰਲੀ ਹੋਈ ਆ, ਸਭ ਕੁਛ ਇਹਨਾਂ ਨੂੰ ਪਤਾ ਕਿੱਥੋਂ ਨਸ਼ਾ ਆਉਂਦਾ ਜੀ, ਕਿੱਥੇ ਜਾਂਦਾ, ਕਿੱਥੇ ਵੇਖ ਰਿਹਾ, ਇਸ ਗੱਲ ਦੀ ਜ਼ਿੰਮੇਵਾਰ ਖੁਦ ਮੁੱਖ ਮੰਤਰੀ ਸਾਹਿਬ ਆਪ ਆ। ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ ਸੀ। ਵੀ ਅੱਜ ਤੁਹਾਡੇ ਲੜਕੀ ਦੀ ਜਿਹੜੀ ਜ਼ਿੰਦਗੀ ਬਰਬਾਦ ਕੀਤੀ, ਨਸ਼ੇ ਨੇ ਕੀਤੀ, ਜ਼ਿੰਦਗੀ ਬਰਬਾਦ ਕਰ ਦਿੱਤੀ ਗਈ। ਇਹਨਾਂ ਇਸ ਗੱਲ ਦੇ 2 ਘਰ ਬਰਬਾਦ ਹੋਏ, ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੀ ਹੈ ਜੀ।